ਇਹ ਗੱਲ ਹੈ ਉਹ ਹੱਕ ਹੈ ਉਹਦੇ ਵਿੱਚ ਸ਼ੱਕ ਹੋ ਸਕਦਾ ਨਹੀਂ ਬਾਹਰ ਹਾਲ ਮੁਖਤਸਰ ਅੱਲਾਹ ਨੇ ਫਰਮਾਇਆ ਕਿ ਇਵੇਂ ਆਖੇ ਹਜ਼ੂਰ ਮੁੜ ਮੈਨੂੰ ਕਤਲ ਕਰੋ ਚਾ ਮੈਨੂੰ ਮਾਰ ਦਿਓ ਆਪਨੇ ਫਰਮਾਇਆ ਮੈਂ ਕਿਉਂ ਮਾਰਾਂ ਤੈਨੂੰ ਅੱਲਾਹ ਮੈਂ ਕਿਉਂ ਮੁਜਰਮ ਬਣਾ ਜਦ ਤੱਕ ਜੁਰਮ ਸਾਬਿਤ ਨਾ ਹੋਵੇ ਉਸ ਤੋਂ ਪਹਿਲੇ ਸਜ਼ਾ ਜਾਇਜ਼ ਨਹੀਂ ਮੈਂ ਕੌਣ ਸਜ਼ਾ ਤੈਨੂੰ ਪਹਿਲੇ ਦੇ ਦੇਵਾਂ ਨਹੀਂ ਜਾ ਮੈਂ ਤੈਨੂੰ ਦੱਸ ਦਿੱਤਾ ਮੇਰਾ ਖਿਆਲ ਰੱਖੀ ਉਹ ਚਲਾ ਗਿਆ ਆਖਣ ਲੱਗਾ ਚੰਦ ਦਿਨ ਗੁਜ਼ਰੇ ਹਜ਼ੂਰ ਮੈਂ ਜੋ ਇੰਨਾ ਯਮਨ 'ਚ ਸਫ਼ਰ ਕਰਕੇ ਆਇਆ ਤੁਹਾਡਾ ਖਾਦਮ ਅਤੇ ਮਰੀਦ ਅਤੇ ਹੁਣ ਰਾਂਦਾ ਹੀ ਤੁਹਾਡੇ ਲੰਗਰ 'ਚ ਆ ਮਿਹਰਬਾਨੀ ਕਰੋ ਮੇਰੀ ਕੋਈ ਡਿਊਟੀ ਤਾਂ ਲਾਓ ਚਾ ਰੋਜ਼ਾ ਦਾ ਮਹੀਨਾ ਆਪਣੇ ਫਰਮਾਇਆ ਅਬਦੁਲ ਰਹਿਮਾਨ ਸਹਿਰੀ ਦੇ ਵਕਤ ਲੋਕਾਂ ਨੂੰ ਜਗਾਇਆ ਕਰ ਸਹਿਰੀ ਦੇ ਜਗਾਉਣ ਦੀ ਡਿਊਟੀ ਲੱਗ ਗਈ ਜਗਾਉਂਦਾ ਜਗਾਉਂਦਾ ਕੂਫਾ ਇਤਨਾ ਬੜਾ ਸ਼ਹਿਰ ਇੱਕ ਮਹੱਲੇ ਵਿੱਚ ਪਹੁੰਚਿਆ ਸਹਿਰੀ ਦਾ ਟਾਈਮ ਹੈ ਅਤੇ ਦਫ਼ ਦੀ ਆਵਾਜ਼ ਆ ਰਹੀ ਗਾਣੇ ਵਾਜੇ ਦੀ ਆਵਾਜ਼ ਆ ਰਹੀ ਹੈ ਅੱਲਾਹੁ ਅਕਬਰ ਜਦੋਂ ਕੁੰਡੀ ਖੜਕਾਈ ਕਿ ਸਹਿਰੀ ਦਾ ਮਾਹ ਰਮਜ਼ਾਨ ਦਾ ਮਹੀਨਾ ਇਹਨਾਂ ਨੂੰ ਸ਼ਰਮ ਨਹੀਂ ਹੁੰਦੀ ਰੋਜ਼ਿਆਂ ਵਿੱਚ ਦਫ਼ ਵੱਜ ਰਹੀ ਹੈ ਔਰ ਗਾਣੇ ਲੜਕੀਆਂ ਗਾ ਰਹੀਆਂ ਦਰਵਾਜ਼ੇ 'ਤੇ ਇੱਕ ਨੌਜਵਾਨ ਲੜਕੀ ਨਿਕਲੀ ਕਤਾਮਾ ਜਿਸ ਦਾ ਨਾਂ ਹੈ ਲਾਨਤ ਉੱਲਾ ਅਲੈ ਕਤਾਮਾ ਯਹੂਦੀ ਲੜਕੀ ਬਜ਼ਾਹਿਰ ਉਹਦੀ ਸ਼ਕਲ ਸ਼ੁਬਾ ਇੱਧਰ ਆਈ ਦਰਵਾਜ਼ੇ 'ਤੇ ਆਈ ਇਹਨੇ ਇਹ ਵੇਖਿਆ ਵੇਖ ਕੇ ਉਹਦੇ 'ਤੇ ਬੇਈਮਾਨ ਹੋ ਗਈ ਹਾਈ ਯੂ ਬੇਈਮਾਨ ਅੱਲਾਹ ਅਕਬਰ ਬੇਈਮਾਨ ਹੋ ਗਿਆ ਹੁਣ ਆਖਣ ਲੱਗਾ ਕਿ ਸਹਿਰੀ ਦਾ ਵਕਤ ਹੈ ਗਾਣੇ ਕਿਉਂ ਦੱਸ ਕਿਉਂ ਉਹਨੇ ਆਖਿਆ ਸੀ ਯਹੂਦੀ ਹੈ ਤੁਹਾਡਾ ਮੁਸਲਮਾਨਾਂ ਦਾ ਕੰਮ ਹੈ ਸਹਿਰੀ ਖਾਓ ਰੋਜ਼ੇ ਰੱਖੋ ਸਾਡਾ ਕੀ ਕੰਮ ਹੈ ਉਹਨੇ ਆਖ ਬੜਾ ਆਰਾਮ ਤਾਂ ਕਰੋ ਮਹੀਨੇ ਦਾ ਇਹਤਰਾਮ ਤਾਂ ਕਰੋ ਆਖੇ ਸਾਡੀ ਮਰਜ਼ੀ ਪਤਾ ਚੱਲਿਆ ਕਿ ਯਹੂਦੀ ਇਹਤਰਾਮ ਨਹੀਂ ਕਰਦੇ ਸਮਝ ਰਮਜ਼ਾਨ ਦਾ ਇਹਤਰਾਮ ਨਹੀਂ ਕਰਦੇ ਤੇ ਯਹੂਦੀ ਨਹੀਂ ਕਰਦੇ ਗੈਰ ਮੁਸਲਿਮ ਬੇਈਮਾਨ ਈਸਾਈ ਨਹੀਂ ਕਰਦੇ ਹੋਵੇ ਮੁਸਲਮਾਨ ਤੇ ਮਾਂ ਰਮਜ਼ਾਨ ਦਾ ਇਹਤਰਾਮ ਨਾ ਕਰੇ ਹੋਵੇ ਨਬੀ ਦਾ ਉਮਤੀ ਤੇ ਰੋਜ਼ੇ ਦਾ ਹਿਆ ਨਾ ਕਰੇ ਯਾਦ ਰੱਖੋ ਜਦੋਂ ਉਹਨੇ ਆਖਿਆ ਮੁਖਤਸਰ ਆ ਗਿਆ ਦੂਏ ਦੇ ਤਰੀਏ ਦੇ ਫਿਰ ਗਿਆ ਆਖਣ ਲੱਗਾ ਕੁਆਰੀ ਹੈ ਕਿ ਪਰਨੀ ਹੋਈ ਜਾਣ ਕੇ ਜਾ ਕੇ ਦਰਵਾਜ਼ੇ 'ਤੇ ਚਲਾ ਜਾਵੇ ਵੇਖਣ ਵਾਸਤੇ ਉਹ ਨਿਕਲੀ ਅੱਲਾਹ ਅਕਬਰ ਉਹਨੇ ਆਖਿਆ ਕੁਆਰੀਆਂ ਅਖ ਮੈਂ ਤੇਰੇ ਨਾਲ ਸ਼ਾਦੀ ਕਰਨਾ ਚਾਹੁੰਦਾ ਤੇਰਾ ਮਜਬੂਰ ਹੋ ਗਿਆ ਤੇਰੇ ਨਾਲ ਦਿਲ ਲੱਗ ਗਿਆ ਹੈ ਉਹਨੇ ਆਖਿਆ ਠੀਕ ਹੈ ਅੱਲਾਹ ਹਾਂ ਤਾਂ ਮੈਂ ਵੀ ਤਿਆਰ ਲੇਕਿਨ ਮੇਰੀਆਂ ਤਿੰਨ ਸ਼ਰਤਾਂ ਨੇ ਉਹ ਪੂਰੀਆਂ ਜਗਨ ਮੈਂ ਨਿਕਾਹ ਵਾਸਤੇ ਆਖਰੀ ਅਲਫਾਜ਼ ਤਵਜੋ ਨਾ ਕਿਹੜੀਆਂ ਆਖੇ ਇੱਕ ਹਜ਼ਾਰ ਦਿਰਮ ਹਜ਼ਾਰ ਕਦੇ ਕਿਸੇ ਦਾ ਹੱਕ ਮਹਿਰ ਨਹੀਂ ਬਣੇ ਮੁਕਰਰ ਹੋਇਆ ਹਜ਼ਾਰ ਦਿਰਮ ਉਹਨੇ ਆਖਿਆ ਚਲੋ ਇਹ ਤਾਂ ਤਰਲਾ ਕਰ ਲਈ ਸਮੇਂ ਹਜ਼ਾਰ ਆ ਜਿਹੜੀ ਸਲਵਾਰ ਮੌਲਾ ਅਲੀ ਨੇ ਵਾਪਸ ਕਰ ਦਿੱਤੀ ਹੈ ਮੈਂ ਲਾ ਕੇ ਤੂੰ ਤੂੰ ਅੱਲਾਹ ਅਕਬਰ ਸਹਿਰੀ ਵਾਸਤੇ ਜਗਾਇਆ ਕਰ ਇਹ ਬੜੀ ਕੀਮਤੀ ਹੈ ਵੇਚ ਕੇ ਅਤੇ ਮਹਿਰ ਦੇ ਦੇਸਾਂ ਦੂਜਾ ਉਹਨੇ ਆਖਿਆ ਕਿ ਲੜਕੀ ਚਾਹੀਦੀ ਹੈ ਕਣੀਦ ਅੱਲਾਹ ਅਕਬਰ ਜਿਹੜੀ ਗਾਣੇ ਗਾਉਂਦੀ ਹੋਵੇ ਅਤੇ ਨੱਚਦੀ ਵੀ ਹੋਵੇ ਮੇਰਾ ਦਿਲ ਨਾ ਲਚਲਾਵੇ ਤਰੀ ਸ਼ਰਤ ਇਹ ਮੌਲਾ ਅਲੀ ਦਾ ਸਿਰ ਚਾਹੀਦਾ ਅਸਤਗਫਾਰ ਮੌਲਾ ਅਲੀ ਦਾ ਸਿਰ ਅਲੀ ਪਾਕ ਨੂੰ ਕਤਲ ਕਰ ਸ਼ਹੀਦ ਕਰਕੇ ਸਿਰ ਲਾਇਆ ਜਦੋਂ ਅਲੀ ਪਾਕ ਦਾ ਸਿਰ ਲੈ ਆਵੇਗਾ ਅਲੀ ਨੂੰ ਕਤਲ ਕਰ ਦੇਵੇਗਾ ਉਦੋਂ ਮੈਂ ਤੇਰੇ ਨਾਲ ਨਿਕਾਹ ਕਰਨ ਵਾਸਤੇ ਤਿਆਰ ਹਾਂ ਅਸਤਗਫਾਰ ਅੱਲਾ ਅਸਤਗਫਾਰ ਕਰੋ ਸਾਰੇ ਅਸਤਗਫਾਰ ਰੱਬੀ ਮੇਰੇ ਕੋਲ ਲੰਬੇ ਬਾਤ ਹੋ ਗਈ ਹੁਣ ਜਿਹੜਾ ਕਿਬਲਾ ਹਾਨੰਦ ਆਵੇਦਾਰ ਮੌਲਾ ਅਲੀ ਦੇ ਬੜੇ ਨਾਰੇ ਮਾਰਦਾ ਤੇ ਹੱਥ ਵੱਧ ਕੇ ਮੰਨਣ ਵਾਲਾ ਉਹ ਲੜਕੀ ਦੇ ਇਸ਼ਕ 'ਚ ਮੌਲਾ ਅਲੀ ਦਾ ਦੁਸ਼ਮਣ ਬਣ ਗਿਆ ਇਹਨਾਂ ਦਾ ਆਏ ਹੁੰਦਾ ਰਹੇ ਇਸ਼ਕ ਆ ਜ਼ਿਆਦਾ ਠੇਕੇਦਾਰਾਂ ਦਾ ਅੱਲਾਹ ਅਕਬਰ ਕਿ ਲੜਕੀਆਂ ਦੀ ਮੁਹੱਬਤ 'ਚ ਆ ਕੇ ਇਮਾਨ ਵੀ ਦੇ ਬਣਦੇ ਨੇ ਬੇੜਾ ਗਰਕ ਕਰ ਬਣਦੇ ਨੇ ਉਹ ਕਤਾਮਾ ਲਾਨਤੁੱਲਾ ਅਲੈ ਯਹੂਦੀ ਦੇ ਇਸ਼ਕ 'ਚ ਅੰਨਾ ਹੋ ਗਿਆ ਅੱਲਾਹ ਅਕਬਰ ਉਹਨੂੰ ਆਖਣ ਲੱਗਾ ਕੋਈ ਮਸ਼ਵਰਾ ਦੇ ਮੁੜ ਕਿਵੇਂ ਕਤਲ ਕਰਾਂ ਸ਼ੇਰੇ ਖੁਦਾ ਏ ਸ਼ੇਰੇ ਖੁਦਾ ਦਾ ਕਤਲ ਕੋਈ ਸੌਖਾ ਏ ਉਹਨੇ ਆਖਿਆ ਯਾ ਤਲਵਾਰ ਲੈਵੇਂ ਨੂੰ ਜ਼ਹਿਰ ਦੀ ਪਾਣ ਲੈਸਾ ਏ ਉਂਝ ਮੌਲਾ ਲਈ ਕਤਲ ਨਹੀਂ ਹੁੰਦਾ ਇਹ ਪਿਛਲੀ ਰਾਤ ਤਾਂ ਹਜ਼ਰਤ ਦੇ ਨਫਲ ਪੜਦਾ ਏ ਤੇ ਕਦੇ ਘਰ ਪੜਦਾ ਏ ਤੇ ਕਦੇ ਜਾਮੇ ਮਸਜਿਦ ਕੂਫੇ ਦੀ ਜਾ ਕੇ ਪੜਦਾ ਏ ਤੇ ਲੁੱਕ ਕੇ ਬਹਿ ਜਾਵੀ ਜਦੋਂ ਇਹ ਉਂਝ ਕਾਬੂ ਨਹੀਂ ਆਉਣਾ ਜਦੋਂ ਅਲੀ ਦਾ ਸਿਰ ਸਜਦੇ ਵਿੱਚ ਹੋਵੇ ਜਿਹੜੇ ਸਿਰ ਸਜਦਾ ਕਰਦੇ ਹੋ ਤਾਂ ਉੱਚੀ ਆਖੋ ਜਦੋਂ ਅਲੀ ਪਾਕ ਦਾ ਸਰ ਸਜਦੇ ਵਿੱਚ ਹੋਵੇ ਇਹ ਬੇਈਮਾਨ ਨੇ ਜ਼ਹਿਰ ਨੂੰ ਤਲਵਾਰ ਅੱਲਾਹੁ ਅਕਬਰ ਤਲਵਾਰ ਨੂੰ ਜ਼ਹਿਰ ਦੀ ਪਾਣ ਲਈ ਲੁੱਕ ਕੇ ਬੰਦ ਰਿਹਾ 19 ਰਮਜ਼ਾਨ ਨੂੰ ਅੱਲਾਹ ਬਾਰ ਨੇ 17 ਲਿਖਿਆ ਹੈ ਬਾਦ ਨੇ 18-19 ਲਿਖਿਆ ਹੈ ਆਪਕੇ ਸਹਿਰੀ ਦਾ ਵਕਤ ਹੈ ਬੇਈਮਾਨ ਸਫ਼ ਦੇ ਵਿੱਚ ਲੁੱਕ ਕੇ ਆ ਕੇ ਬਹਿ ਗਿਆ ਮੌਲਾ ਮੁਸ਼ਕਿਲ ਕੁਸ਼ਾ ਆਏ ਆ ਕੇ ਨਫਲ ਸ਼ੁਰੂ ਕਰ ਲਏ ਮੌਲਾ ਕਾਇਨਾਤ ਸਜਦੇ ਵਿੱਚ ਗਏ
ਇਹ ਅਬਦੁਰਰਹਿਮਾਨ ਇਬਨ ਮੁਲਜਮ ਇਹ ਲਾਂਤੀ ਬੇਈਮਾਨ ਨਿਕਲਾ ਜਿਹੜਾ ਮੌਲਾ ਅਲੀ ਨਾਲ ਮੁਹੱਬਤ ਦੇ ਦਾਅਵੇ ਕਰਦਾ ਹਾ। ਇਹ ਕਾਤਿਲ ਵੀ ਦਾਅਵੇਦਾਰ ਮੁਹੱਬਤ ਦੇ ਨੇ। ਅਕਲਮੰਦ ਵਾਸਤੇ ਇਸ਼ਾਰਾ ਹੀ ਕਾਫੀ ਹੈ, ਸਮਝ ਆ ਗਈ ਉਸ ਅੱਲਾ ਦਨਾ ਬੰਦੇ ਬੈਠੇ ਹੋ ਯਾਰ, ਸਿਆਣੇ ਬੰਦੇ ਮਰੀ ਦੇ ਫੈਸਲੇ ਕਰਨ ਵਾਲੇ ਬੈਠੇ ਹੋ। ਫਰਮਾਇਆ ਜਿਹੜੇ ਮੁਹੱਬਤ ਦੇ ਜ਼ਿਆਦਾ ਦਾਅਵੇਦਾਰ ਆਈ ਤੇ ਮੁਰੀਦ ਵੀ ਮੌਲਾ ਅਲੀ ਦਾ ਤੇ ਹਰ ਵੇਲੇ ਅਲੀ ਅਲੀ ਕਰਨ ਵਾਲਾ, ਉਹ ਤਲਵਾਰ ਲੈ ਕੇ ਤੇ ਲੜਕੀ ਦੇ ਇਸ਼ਕ ਚ ਮੁਬਤਲਾ ਹੋ ਕੇ ਇਮਾਨ ਦਾ ਬੇੜਾ ਗਰਕ ਕੀਤੀ ਗਲਾ। ਅਸਤਗਫਰ, ਮੌਲਾ ਅਲੀ ਸਜਦੇ ਵਿੱਚ ਗਏ, ਇਹ ਬਾਇ ਬੇਈਮਾਨ ਨਿਕਲਾ, ਇਹਨੇ ਸਿਰ ਤੇ ਵਾਰ ਕੀਤਾ ਤਲਵਾਰ ਦਾ। ਔਰ ਇੱਦੇ ਹਜ਼ਰਤ ਅਬਾਸ ਰਜ਼ੀ ਅੱਲਾਹ ਤਾਲਾ ਨੂੰ ਸੁੱਤੇ ਹੋਏ ਨੇ, ਆਪ ਨੂੰ ਖਾਬ ਆਇਆ ਕਿ ਕਾਬਾ ਡਿੱਗ ਪਿਆ। ਤੁਹਾਡੇ ਸਮਝਣ ਤੋਂ ਕੁਰਬਾਨ, ਸਿਆਣੇ ਬੰਦੇ ਤੋਂ ਯਾਰ ਸੁਭਾਨ ਅੱਲਾਹ ਪਹੁੰਚਾ ਦਨਾ ਤਾਂ ਸਮਝ ਗਏ। ਮੈਂ ਕੀ ਆਖਿਆ ਭਾਈ ਸਾਹਿਬ, ਕਾਬਾ ਡਿੱਗ ਪਿਆ, ਆਪ ਤਰਸ ਕੇ ਉੱਠੇ, ਕਾਬਾ ਡਿੱਗ ਪਿਆ, ਦੌੜ ਕੇ ਇਮਾਮ ਹਸਨ ਪਾਕ ਹੁਸੈਨ ਪਾਕ ਖੜੇ ਹੋਏ। ਹਸਨ ਪਾਕ ਵੀ ਫਰਮਾਉਂਦੇ, ਪਿਆਰੇ ਵੀਰ ਹੁਸੈਨ, ਮੈਂ ਵੀ ਵੇਖਿਆ ਕਾਬਾ ਡਿੱਗ ਪਿਆ, ਇਸ ਖਾਬ ਦੀ ਤਾਬੀਰ ਕੀ ਹੈ? ਅੱਲਾਹੁ ਅਕਬਰ, ਅੱਲਾਹੁ ਤਿਲਤਾ ਅਮੀਰ ਉਲ ਮੁਮਿਨੀਨ ਫਰਮਾਇਆ ਦੌੜੇ ਕੂਫੇ ਵੱਲ ਕਿ ਜੋ ਹਜ਼ਰਤ ਜ਼ੈਨਬ ਪਾਕ ਫਰਮਾਨ ਲੱਗੀਆ, ਅੱਲਾਹ ਨਾ ਕਰੇ ਆ ਜਿਹੜਾ ਖਾਬ ਵੇਖਿਆ ਹੈ ਕਿ ਕਾਬਾ ਡਿੱਗ ਪਿਆ, ਮਲੂਮ ਹੁੰਦਾ ਹੈ ਅੱਬਾ ਜੀ ਕਤਲ ਹੋ ਗਏ। ਆਪ ਦੌੜ ਕੇ ਕੂਫੇ ਦੀ ਜਾਮੇ ਮਸਜਿਦ ਛਾਏ, ਮੌਲਾ ਮੁਸ਼ਕਿਲ ਕੁਸ਼ਾ ਮੁਸੱਲੇ ਤੇ ਜ਼ਖਮੀ ਹਾਲਤ ਦੇ ਨਾਲ ਆਪ ਨੂੰ ਉਠਾਇਆ, ਮੋਢਿਆਂ ਦੇ ਨਾਲ ਲਾਇਆ, ਚੁੱਕ ਕੇ ਲੈ ਕੇ ਤੁਰੇ। ਲੋਕ ਜਮਾ ਹੋ ਗਏ ਕੂਫੇ ਦੇ ਕਿ ਅਲੀ ਪਾਕ ਕਤਲ ਹੋ ਗਏ, ਮੌਲਾ ਅਲੀ ਕਤਲ ਹੋ ਗਏ, ਦੁਨੀਆਂ ਇਕੱਠੀ ਹੋਈ। ਆਪ ਨੇ ਫਰਮਾਇਆ ਮੇਰੇ ਕਾਤਿਲ ਨੂੰ ਪਕੜ ਕੇ ਲੈ। ਅੱਲਾਹੁ ਅਕਬਰ, ਅਬਦੁਰਰਹਿਮਾਨ ਇਬਨ ਮੁਲਜਮ ਨੂੰ ਪਕੜ ਲਿਆ ਗਿਆ, ਕਾਤਿਲ ਪਕੜੀ ਕੇ ਆਇਆ। ਆਪ ਜਦੋਂ ਘਰ ਪਹੁੰਚੇ ਆਸਾਨੇ ਤੇ ਦਰਵਾਜ਼ੇ ਤੇ ਆਪ ਨੂੰ ਸ਼ਹਿਦ ਦਾ ਸ਼ਰਬਤ ਦਾ ਪਿਆਲਾ ਲਿਆ ਗਿਆ। ਅੱਜ ਕੱਲ੍ਹ ਦੇ ਰੋਜ਼ੇ ਹਨ, ਗਰਮੀਆਂ ਦੇ ਦਿਨ ਹਨ, ਮੌਲਾ ਮੁਸ਼ਕਿਲ ਕੁਸ਼ਾ ਦੀ ਸ਼ਹਾਦਤ ਮਾਹਿਰ ਰਮਜ਼ਾਨ 21 ਰੋਜ਼ੇ ਨੂੰ ਆਪ ਸ਼ਹੀਦ ਦੀ ਸ਼ਹਾਦਤ ਦੇ ਬਾਅਦ ਸਾਦਤ ਹੈ, 18ਵੇਂ ਨੂੰ ਆਪ ਸ਼ਹੀਦ ਹੋਏ, 18ਵਾਂ ਰੋਜ਼ਾ ਜ਼ਖਮੀ ਹੋਇਆ। ਅੱਲਾਹੁ ਅਕਬਰ ਕਬੀਰਾ, ਤੋ ਆਪ ਨੂੰ ਸ਼ਹਿਦ ਦਾ ਪਿਆਲਾ ਪੇਸ਼ ਕੀਤਾ ਗਿਆ। ਆਪ ਦੀ ਮੁਹੱਬਤ ਵੇਖੋ ਔਰ ਇਸ ਘਰਾਣੇ ਦੀ ਸਖਾਵਤ ਵੇਖੋ, ਸੁਭਾਨ ਅੱਲਾਹ, ਉਸਨੇ ਇਖਲਾਕ ਵੇਖੋ ਆਲੇ ਨਬੀ ਔਲਾਦ ਅਲੀ ਦਾ। ਜਦੋਂ ਆਪ ਦੇ ਸਾਹਮਣੇ ਸ਼ਹਿਦ ਦਾ ਸ਼ਰਬਤ ਦਾ ਪਿਆਲਾ ਕਿ ਬਿਆਰੇ ਅਲੀ ਪੀ ਲਓ, ਆਪ ਨੇ ਫਰਮਾਇਆ ਮੈਂ ਬਾਅਦ ਵਿੱਚ ਪੀਵਾਂਗਾ, ਮੇਰੇ ਕਾਤਿਲ ਨੂੰ ਪਹਿਲੇ ਪੀਵਾਓ, ਕਾਤਿਲ ਨੂੰ ਪਹਿਲੇ ਪੀਵਾਓ। ਇਹ ਉਹ ਘਰਾਣਾ ਯਾਰ ਦਾਵੇ ਆਪਾਂ ਮੌਲਾ ਅਲੀ ਦੇ ਮੰਨਣ ਦੇ ਕਰਨੇ ਆ ਕਿ ਆਂਦੇ ਕੀ ਆ ਮੈਂ ਬਦਲਾ ਨਾ ਲਵਾਂ ਤਾਂ ਮੇਰਾ ਪੀਓ ਹੀ ਕੋਈ ਨਹੀਂ। ਯਾਦ ਰੱਖੋ, ਬਦਲੇ ਲਵਣ ਵਾਲਾ ਨਾ ਖੁਦਾ ਨੂੰ ਪਸੰਦ ਹੈ, ਨਾ ਮੁਸਤਫਾ ਨੂੰ ਪਸੰਦ ਹੈ, ਨਾ ਮੌਲਾ ਅਲੀ ਨੂੰ ਪਸੰਦ ਹੈ, ਅੱਲਾਹ ਤੇ ਅੱਲਾਹ ਦੇ ਰਸੂਲ ਨੂੰ ਪਸੰਦ ਉਹ ਹੋਏਗਾ ਜਿਹੜਾ ਬਦਲੇ ਨਾ ਲਵੇ ਬਲਕਿ ਮਾਫ ਕਰ ਦੇ ਦੇ। ਸੁਭਾਨ ਅੱਲਾਹ, ਮਾਫ ਕਰਨ ਵਾਲਿਆਂ ਨੂੰ ਖੁਦਾ ਵੀ ਪਸੰਦ ਕਰਦਾ ਹੈ। ਇਹ ਜ਼ੇਹਨ ਬਣਾਓ, ਜੇ ਅੱਲਾਹ ਰਸੂਲ ਨਾਲ ਮੁਹੱਬਤ ਹੈ, ਮੋਮਿਨ ਦੀ ਨਿਸ਼ਾਨੀ ਹੈ, ਮੋਮਿਨ ਬਦਲੇ ਲੈਂਦਾ ਨਹੀਂ, ਮੋਮਿਨ ਮੁਕਾਬਲੇ ਕਰਦਾ ਨਹੀਂ। ਅੱਲਾਹੁ ਅਕਬਰ ਫਰਮਾਇਆ ਇੱਕ ਦਾ ਬਦਲਾ ਪੱਥਰ ਨਾਲ ਮੋਮਿਨ ਦਿੰਦਾ ਨਹੀਂ। ਮੌਲਾ ਅਲੀ ਤੋਂ ਸਬਕ ਸਿੱਖੋ, ਆਪਨੇ ਫਰਮਾਇਆ ਮੈਂ ਸ਼ਰਬਤ ਬਾਅਦ ਵਿੱਚ ਪੀਵਾਂਗਾ, ਮੇਰੇ ਕਾਤਿਲ ਨੂੰ ਪਹਿਲੇ ਪੀਵਾਂ। ਇਹ ਕਾਤਿਲ ਵਾਸਤੇ ਡੁੱਬ ਕੇ ਮਰਨ ਦਾ ਮਕਾਮ ਨਹੀਂ। ਅੱਲਾਹੁ ਅਕਬਰ, ਅੱਲਾਹੁ ਅਕਬਰ ਕਰ, ਹਮ ਵਫਾ ਕਰਤੇ ਰਹੇ, ਤੁਮ ਜਫਾ ਕਰਤੇ ਰਹੇ, ਹਮ ਵਫਾ ਕਰਤੇ ਰਹੇ, ਤੁਮ ਜਫਾ ਕਰਤੇ ਰਹੇ, ਆਪਣਾ ਆਪਣਾ ਫਰਜ਼ ਥਾ ਦੋਨੋਂ ਅਦਾ ਕਰਦੇ। ਫਰਮਾਇਆ ਮੌਲਾ ਕਾਇਨਾਤ ਨੇ ਫਰਮਾਇਆ ਤੇਰਾ ਕੰਮ ਆ ਤਲਵਾਰ ਚਲਾਣਾ ਇੱਕ ਲੜਕੀ ਦੇ, ਅੱਲਾਹ ਉੱਪਰ ਇਸ ਲਾਂਤਨ ਔਰਤ ਦੇ, ਅੱਲਾਹ ਇਸ਼ਕ ਚ ਮੁਬਤਲਾ ਹੋ ਕੇ ਅਲੀ ਦਾ ਕੰਮ ਏ ਕਾਤਿਲ ਨੂੰ ਵੀ ਸ਼ਰਬਤ ਪਿਲਾਣਾ। ਸੁਭਾਨ ਅੱਲਾਹ, ਉਸ ਲਾਂਤੀ ਨੇ ਇਨਕਾਰ ਕਰ ਦਿੱਤਾ ਇੱਕ ਵਾਰੀ, ਦੂਈ ਵਾਰੀ ਆਪਨੇ ਫਰਮਾਇਆ ਅਗਰ ਅੱਜ ਪੀ ਲਵੇ ਆ ਤਾਂ ਰੱਬ ਦੀ ਇੱਜ਼ਤ ਦੀ ਕਸਮ ਕਿਆਮਤ ਵਾਲੇ ਦਿਨ ਅਲੀ ਆਪਣੇ ਹੱਥ ਨਾਲ ਹੋ ਦੇ ਕੌਸਰ ਪਿਵਾਵੇ। ਸੁਭਾਨ ਅੱਲਾਹ, ਲੇਕਿਨ ਅੱਲਾਹ ਤਾਲਾ ਨੂੰ ਇਹ ਗਵਾਰਾ ਨਹੀਂ ਕਿ ਅਲੀ ਦਾ ਕਾਤਿਲ ਹੋਵੇ ਦੁਸ਼ਮਣ ਅਹਿਲੇ ਬੈਤ ਹੋਵੇ ਤੇ ਹੌਦੇ ਕੌਸਰ ਪੀਵੇ, ਅਲੀ ਦਾ ਕਾਤਿਲ ਹੋਵੇ ਕਿ ਜਹਨ ਤੇ ਜੰਨਤ ਜਾਵੇ ਇਹ ਰੱਬ ਬਰਦਾਸ਼ਤ ਨਹੀਂ ਕਰਦਾ, ਇਹ ਜਹਨਮੀ ਕੁੱਤਾ ਬਣ ਗਿਆ।
اللہ استغفر انا للہ و انا الیہ راجعون. آپ ایک نو شہادت تو پہلے اپنے آخری جملہ ساری شہادت نچوڑے امام حسن پاک تو سر پاک کول بیٹھے اپنے وسیطہ کی دیا فرمایا بیٹا میری شہادت دے بعد ایک کافور جیڑا جبرائیل حضور دے وصال دے وقت جنت چنایا آیا باڑی ماں فاطمہ پاک دے واسطے بھی جنت وچ کفور آیا او میرے کول بھی رکھے ہویا ہے آ مینوں غسل کرامنا ہے تے اس کفور نال کراو. بیٹا حسن حسین اے وارثاں دا حق ہے میت نو غسل کراو. اے سانوں بھی اتھوں ہی سبق حاصل کرنا چاہیے عبرت حاصل کرنی چاہیے. اپا مولوی ویکھدے ودے ہونے اللہ اکبر باپ مرے بیٹا دا کم ہے غسل کراؤ ماں مرے دنیا دا کم ہے غسل کراؤ. اے کوئی اوکھا کم نہیں ہوندا جیویں آپ غسل کردے ہو میں غسل ہی کرنا ہوتا ہے پڑھنا کچھ نہیں ہوتا. بعد مولوی صاحب نے سد کے پورا قرآن پڑھا لو ادو سارے کو ٹائم ہی کوئی نہیں بچا ہوتا قرآن پڑھاو کا کم از کم 28 سپارے تو ضرور پڑھائے کرو. وہ وقت ہی نہیں بچتا غسل وارثاں دا حق ہے. مولا علی نے حکمت فرمایا حسن حسین پترو تسی غسل مینو آپ دے ہتھاں نال کراؤ. آپ نے غسل کرایا اور حکمت فرمایا میری چار پائی چک کے چلنا ہے صندوق تابوت میری میت رکھ دینی ہے اور تابوت اٹھا جدو خود بخود اگلے پاس وہ صندوق اٹھ پوے. سبحان اللہ پڑھو خدا فرمایا لے کے چلنا ہے اور اگے پہنچو گے جنازگاہ دے اندر ایک برکہ پوش آئے گا چہرے سے برکہ ہوئے گا گھوڑا سوار آ کے کھڑا ہو جائے گا. بعد روایت وچ ہے امام حسن پاک نے جنازہ پڑھایا اور بعد وچ اے ہے برکہ پوش آیا فرمایا وہ جنازہ پڑھائے گا ان دے بعد میرا صندوق اس تے رکھ کے تے مہار اس سوار دے ہتھے پکڑا دے. سبحان اللہ ایویں ہویا برکہ پوش آیا نے جنازہ پڑھایا لے کے جا رہا اپ دا صندوق تین قدم چلیا امام حسن پاک سامنے آ گئے فرمایا رک جاؤ اے برکا پوچھ دس تو صحیح تو ہے کون. نیا کیا پیارے حسن تیرے باپ نے روکیا نہیں آ کہ انہوں پوچھنا نہیں تو روکنا نہیں. آپ نے جڑا جواب دیتا ہے کمال دا فرما کل میرا باپ وقت دا امام آ آج باپ دے وصال تو بعد میں بیٹا وقت دا امام میں امام ہو کے اپنا حق ادا کر رہا اور دسو کل مینوں جو پوچھے کہ پیارے حسن تہاڈے باپ دا جنازہ کہے پڑھایا یا کون صندوق لے کے روانہ ہو گیا میں جواب کی دیواں گا دس کے جاؤ خدا دا واسطہ. جد مہار پکڑ لئی لوگ پیچھے کھڑے کلے امام حسن ساری تقریر ایک پاسے آخری جملہ ایک پاسے بلے بندو امام حسن فرماندن رب کعبہ دی قسم میں دیکھ کے حیران ہو گیا چہرے تو پردہ ہٹایا خود ابا جی مولا مشکل کشا بنی ہر پوچھے ہر نگر نگر ہر گلی گلی ہر ذرے وچ بولے نعرہ نعرہ